ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਵੈਲਕਮ ਬੈਕ ਟੂ ਨਿਊ ਵਲੋਗ। ਅਤੇ ਪਿਛਲੇ ਵਲੋਗ ਮੈਂ ਪਾਇਆ ਸੀਗਾ ਬੀਬੀ ਦਾ ਭੋਗ ਵਾਲਾ, ਉਹਦੇ ਵਿੱਚ ਕਮੈਂਟ ਆਇਆ ਸੀਗਾ ਇੱਕ ਲਾਸਟ ਵਾਲੀ ਵੀਡੀਓ ਬੀਬੀ ਦੀ ਬਣਾਈ ਕਿ ਨਹੀਂ, ਜਦੋਂ ਲਾਸਟ ਵਾਲੀ ਅੰਤਿਮ ਸੰਸਕਾਰ ਵਾਲੀ, ਪਰ ਉਹ ਅਸੀਂ ਰਿਕਾਰਡ ਨਹੀਂ ਕੀਤੀ। ਉਦੋਂ ਜੀ ਨਹੀਂ ਕਰਦਾ ਬਣਾਉਣ ਦਾ ਵੀਡੀਓ, ਮਤਲਬ ਕਿ ਸਾਡੇ ਕੋਲ ਕਿਸੇ ਕੋਲ ਫੋਟੋ ਵੀ ਨਹੀਂ ਹੈਗੀ, ਨਾ ਕੋਈ ਕਲਿੱਪ, ਨਾ ਕੋਈ ਵੀਡੀਓ, ਕੁਛ ਨਹੀਂ ਬਣਾਇਆ। ਬਾਕੀ ਡੈਡੀ ਹੁਣੀ ਕਹਿੰਦੇ ਵੀ ਚਲ ਥੋੜ੍ਹੀ ਬਹੁਤੀ ਬਣਾ ਲੈਂਦੇ, ਹੈ ਨਾ, ਆਪਾਂ ਕਿਸੇ ਨੂੰ ਮਤਲਬ ਸਾਂਭ ਕੇ ਰੱਖ ਲੈਂਦੇ, ਮਤਲਬ ਆਪਾਂ ਕਿਸੇ ਨੂੰ ਵਿਖਾ ਸਕਦੇ। ਪਰ ਅਸੀਂ ਉਦੋਂ ਜੀ ਨਹੀਂ ਕੀਤਾ ਬਣਾਉਣ ਨੂੰ, ਨਾ ਹੀ ਅਸੀਂ ਕਿਸੇ ਨੂੰ ਕਿਹਾ, ਸਾਨੂੰ ਯਾਦ ਹੀ ਨਹੀਂ ਕੁਛ ਵੀ ਵੀਡੀਓ ਵੀ ਬਣਾਉਣੇ ਆ ਜੋ ਜਾਜੂ ਨਹੀਂ ਸੀ ਪ੍ਰੋਪਰ। ਅਤੇ ਫਿਰ ਤਾਂ ਉਹ ਸਾਡੇ ਕੋਲ ਨਾ ਤਾਂ ਕੋਈ ਕਲਿੱਪ ਆ, ਜੇ ਕੈਮਰਾ CCTV ਕੈਮਰਾ ਹੁੰਦਾ ਨਹੀਂ ਉਹਦੇ 'ਚੋਂ ਨਹੀਂ, ਪਰ ਉਹ ਵੀ ਨਹੀਂ ਹੈਗਾ। ਅਤੇ ਬਾਕੀ ਉਹ ਵੀਡੀਓ ਨਹੀਂ ਬਣ ਪਾਈ, ਉਹ ਸਾਨੂੰ ਵਧੀਆ ਹੀ ਨਹੀਂ ਲੱਗਦਾ ਉਹ ਬਣਾਉਣਾ, ਮਤਲਬ ਅਜੀਬ ਜਿਹਾ ਲੱਗਦਾ ਸੀ। ਉਸ ਦਿਨ ਗਰਮੀ ਵੀ ਬੜੀ ਜ਼ਿਆਦਾ ਸੀਗੀ, ਅਤੇ ਮਤਲਬ ਮਨ ਜਿਹਾ ਹੈ ਹੀ ਨਹੀਂ ਹੈਗਾ ਬਣਾਉਣ ਦਾ, ਉੱਦਣ ਐਵੇਂ ਜਿਹਾ ਲੱਗਦਾ ਸੀਗਾ, ਅਤੇ ਜਮਾਂ ਹੀ ਨਹੀਂ ਜੀ ਕੀਤਾ ਬਣਾਉਣ ਨੂੰ, ਤਾਂ ਨਹੀਂ ਉਹ ਬਣਾਈ ਵੀਡੀਓ। ਐਂ ਕਰਦੇ ਹਾਂ ਬੀਬੀ ਦੀਆਂ ਜਿਹੜੀਆਂ ਪੁਰਾਣੀਆਂ ਆਪਾਂ ਓਲਡ ਮੈਮਰੀਜ਼ ਦੀਆਂ ਵੀਡੀਓ ਆ ਥੋੜ੍ਹੀਆਂ ਜਾਂ ਉਹ ਲਾ ਦਿੰਦੇ ਹਾਂ, ਤੁਸੀਂ ਉਹ ਵੇਖ ਲਓ, ਤੁਹਾਨੂੰ ਵਧੀਆ ਲੱਗਣਗੀਆਂ ਪੁਰਾਣੀਆਂ ਵੀਡੀਓ ਬੀਬੀ ਦੀਆਂ। ਅਤੇ ਥੋੜ੍ਹੀਆਂ ਥੋੜ੍ਹੀਆਂ ਮੈਂ ਤੁਹਾਨੂੰ ਕੱਟ ਕੱਟ ਕੇ ਹੁਣ ਵਿਖਾਉਣਾ ਵਾਂ, ਐਡਿਟ ਕਰੂੰਗਾ ਮੈਂ, ਅਤੇ ਚਲੋ ਤੁਸੀਂ ਹੁਣ ਉਹ ਦੇਖੋ। ਲੋਹੜੀ ਪਾਇਆ ਜਾ, ਹੁਣੇ ਤੁਸੀਂ ਵੇਖਿਆ ਹੀ ਲੋਹੜੀ ਵਾਲੀਆਂ ਆਈਆਂ ਸੀਗੀਆਂ, ਲੋਹੜੀ ਪਾਈ ਸੀ ਉਹਨਾਂ ਨੂੰ, ਅਤੇ ਹੁਣ ਰੱਜੀ ਪ੍ਰੈਂਕ ਕਰੂਗੀ ਬੀਬੀ ਦੇ ਨਾਲ। ਤਾਂਗੀ ਕੀਤਾ ਹੋਇਆ ਵਾ ਤੂੰ ਇਹੋ ਜਾ, ਤੂੰ ਥੋੜਾ ਜਿਹਾ ਦੇ ਖਾਲੀ ਨਹੀਂ ਕਿਸੇ ਦੇ ਇੰਨਾ ਲਿਆਉਂਦੀ ਹੁੰਦੀ ਆ, ਤੰਗ ਕੀਤਾ ਹੈ। ਮੈਂ ਕਹਿੰਦਾ ਲੋਹੜੀ ਵਾਲਾ ਦੇਣਾ ਆਪਣੀ ਝੋਟੀ ਲੈ ਗਿਆ ਖੋਲ ਕੇ ਦੇਣਾ, ਇਹ ਮਹਿੰਗਾ ਵਾ, ਇਹ ਨੀ ਦੇਣਾ ਅਸੀਂ, ਕੁੱਤਾ ਨੀ ਦੇਣਾ, ਨਹੀਂ ਆਂਟੀ ਕੁੱਤਾ ਨੀ ਅਸੀਂ ਦੇ ਸਕਦੇ, ਨਿੱਕਾ ਸੋਹਣਾ ਲੱਗੂਗਾ, ਹਾਂ ਆਪਾਂ ਛੋਟਾ ਲੈ ਆਵਾਂਗੇ। ਇਹਨਾਂ ਇਹ ਵੱਡਾ ਹੋ ਗਿਆ, ਅਸੀਂ ਨਿੱਕੇ ਨੇ ਸਾਨੂੰ ਬਹੁਤ ਪਸੰਦ, ਅਸੀਂ ਨਿੱਕਾ ਲਵਾਂਗੇ, ਅਸੀਂ ਨਿੱਕਾ ਫਿਰ ਲੈਣਾ, ਫਿਰ ਆਇਓ ਚੱਲ ਬੀਬੀ ਮੇਲਾ ਮੜਾ, ਮੇਲਾ ਬੀਬੀ ਹੈ ਚੱਲਿਆ, ਚੱਲ ਕੋਈ ਨੀ, ਇਹਨੂੰ ਤੂੰ ਨੀ ਦੇਣਾ, ਅਸੀਂ ਦੇਤੇ ਪੈਸੇ, ਦੇਤੇ ਬੀਬੀ, ਵੱਡਾ ਉਹ ਵੱਡਾ ਹੋ ਗਿਆ ਸੀ, ਸੋਹਣਾ ਨੀ ਲੱਗਦਾ ਸੀ, ਮੈਂ ਕਿਹਾ ਲੱਗਦਾ ਨੀ ਗਾ, ਹੋਰ ਛੋਟਾ ਲਿਆਵਾਂਗੇ, ਅਸੀਂ ਸ਼ਹਿਰ ਚੱਲੇ ਹੁਣ, ਇੰਨਾ ਕੁ ਫੇ ਪਾਈ ਜਾਓ ਚਿਹਰਾ ਰੋਸਕ, ਹੁਣ ਤਾਂ ਨਹੀਂ ਆਉਣਾ ਬੀਬੀ ਵਾਪਸ, ਹੁਣ ਦੋਵਾਂ ਮਹੀਨਿਆਂ ਨੂੰ ਨਵਾਂ ਲੈ ਲੈਣਾ ਆਪਾਂ, ਕੋਈ ਨਹੀਂ ਤੂੰ ਉਹਨਾਂ 'ਚ ਰਹਿ ਦੇਣਾ, ਖੇਡ ਲਾ ਖਰਗੋਸ਼ ਨਾ, ਆਹੋ ਆਵੇ ਆਹ ਰੱਖ ਲਾ, ਇਹਦੇ ਨਾਲ ਖੇਡ ਲਾ, ਹੁਣ ਉਹ ਤਾਂ ਨਹੀਂ ਹੈਗਾ, ਫੜ ਉਹ ਤਾਂ ਨਹੀਂ ਹੈਗਾ, ਇਹਦੇ ਨਾਲ ਖੇਡ ਲਾ, ਵੀ ਸੋਹਣਾ ਹੀ ਆ ਇਹ, ਕਿਹੜਾ ਮਾੜਾ ਵਾ, ਮਾੜਾ ਤਾਂ ਹੈਗਾ,
ਖੇਲਣ ਆਇਆ ਤੇ ਭੌਂਕਣ ਆਇਆ ਤਾਂ ਨਹੀਂ। ਰੋਸਕੋ ਆ ਜਾ, ਆ ਗਿਆ ਬੀਬੀ, ਆ ਗਿਆ ਰੋਸਕੋ, ਆ ਗਿਆ। ਹੋਰ ਭੱਜ ਕੇ ਆ ਗਿਆ ਆਂਟੀ ਤੋਂ, ਹੈਂ ਛੁੱਟ ਕੇ ਆ ਗਿਆ, ਭੱਜ ਆਇਆ। ਬੀਬੀ ਹੁਣ ਖੁਸ਼ੀ ਹੋਈ? ਹੈਲੋ ਗਾਇਸ, ਵੈਲਕਮ ਬੈਕ ਟੂ ਨਿਊ ਵਲੌਗ। ਪਤਾ ਕੀ ਆ, ਮੈਨੂੰ ਜ਼ੁਕਾਮ ਹੋਇਆ ਹੋਇਆ ਵਾ। ਕੱਲ੍ਹ ਅਸੀਂ ਗਏ ਸੀਗੇ ਉੱਥੇ ਮੰਡੀ 'ਚ, ਤਾਂ ਕਰਕੇ ਮੈਨੂੰ ਉਹਦੇ ਤੋਂ ਐਲਰਜੀ ਆ ਨਾ, ਤਾਂ ਹੋ ਜਾਂਦਾ ਜਾ। ਤੇ ਹੁਣ ਬੀਬੀ ਹੁਣੀ ਠੋਂਦੇ ਪਏ ਆਣ ਕੇ ਉੱਧਰ ਦੇ। ਬੀਬੀ ਠੋਣ ਆਈ ਸੀਗੀ ਰੱਜੀ ਨੂੰ, ਤਾਂ ਬੇਬੀ ਕਹਿੰਦੀ ਲੈਟ ਚੱਲ ਜਾਣੀ ਆ, ਤਾਂ ਪਾਣੀ ਭਰ ਲਓ ਟੱਬਾਂ 'ਚ। ਤੇ ਪੀਂਦੀਆਂ ਚੱਜਣਾ ਹੈ ਨੀ, ਉਹਨਾਂ ਨੇ ਤੂੰ ਨੀ ਪੀਤਾ, ਬੀਬੀ ਦੀ ਫਰਮਾਇਸ਼ ਸੀਗੀ। ਹਾਂ ਬੀਬੀ ਲੈ, ਵੇਲਾ ਕੰਮ ਨੀ ਛੱਡਿਆ ਬੀਬੀ ਨੇ ਹਜੇ ਤੱਕ, ਵੀ ਕੰਮ ਕਰੀ ਜਾਣਾ। ਨਹਾ ਕੇ ਆਇਆ ਵਾ ਇਹ, ਇਹਦੇ ਵਿੱਚ ਖੁਰਕਤ ਫਿਰ ਵੀ ਪਈ ਹੋਈ ਆ। ਹੈਂ ਨਹਾ ਕੇ ਰੋਸਕੋ ਦਾ ਨਾ ਬੀਬੀ ਨਾਲ ਬਹੁਤ ਪਿਆਰ ਆ, ਸੱਚੀ ਦੱਸਾਂ ਤਾਂ ਬੀਬੀ ਭਾਵੇਂ ਕੁੱਟੇ ਮਾਰੇ ਬੀਬੀ ਨੂੰ ਕਹਿੰਦਾ ਕੁਛ ਨੀ, ਇਹ ਬੀਬੀ ਨਾਲ ਫੁੱਲ ਪਿਆਰ ਰੱਖਦਾ ਵਾ। ਹਾਏ ਗਾਇਸ, ਵੈਲਕਮ ਬੈਕ ਟੂ ਨਿਊ ਵਲੌਗ। ਹੁਣੇ ਆ ਬੀਬੀ ਨਾਲ ਕਦੀ ਨਹੀਂ ਗੱਲ, ਤਾਂ ਕੋਈ ਗੱਲਬਾਤ ਸੁਣਾਓ। ਗੱਲਬਾਤ ਮਹਾਰਾਜ ਦੀ ਬਾਣੀ ਪੜ੍ਹਦੇ ਆ, ਸਤਿਗੁਰੂ ਨਾਨਕ ਦੀ। ਬੀਬੀ ਹੁਣੀ ਚਾਹ ਤੋਂ, ਮਤਲਬ ਚਾਹ ਤੋਂ ਬਿਨਾ ਰਹਿ ਨਹੀਂ ਸਕਦੇ। ਸਾਰੇ ਲੈਉਂਦੀ ਸੀਗੀ, ਹਾਂ ਵੇ ਮਿਲ ਗਈ ਚਾਹ, ਪਾ ਦੇ ਪਾ ਦੇ, ਕਿਹੜੇ ਚਾਹ ਪਾ ਦੇ, ਐਵੇਂ ਡੁੱਲ ਜੂ ਕਿਤੇ। ਚਾਹ ਬੀਬੀ ਸਵਾਦ ਵੀ ਦੱਸੀ ਕਿੰਨੀ ਕਾ, ਕਿਵੇਂ ਦੀ ਬੀਬੀ ਚਾਹ ਲੱਗੀ, ਸਵਾਦ ਕਿ ਨਹੀਂ? ਬੀਬੀ ਦੱਸ ਦਿਲੋਂ ਦੱਸੀ, ਦਿਲੋਂ ਬੀਬੀ ਦਿਲੋਂ ਦੱਸੀ, ਸਵਾਦ ਆ ਹੋਰ ਸਵਾਦ ਦੀ। ਬੀਬੀ ਚਾਹ ਤੋਂ ਬਿਨਾ ਤਾਂ ਨਹੀਂ ਰਿਹਾ ਜਾਂਦਾ, ਨਹੀਂ ਨਾ। ਬੀਬੀ ਬਾਹਰ ਗਰਮੀ ਜ਼ਿਆਦਾ ਲੱਗੀ ਆ, ਅੱਜ ਤਾਂ ਬਹੁਤ ਸਾੜ ਆ ਕਿਤੇ। ਹਾਂ ਵੇਖੋ ਆਹ ਖੁਸ਼ ਅੰਦਰ ਆਣ ਕੇ, ਤੇ ਬਾਹਰ ਮੜਾ ਆ ਇਹ ਕੱਢੀ ਦਈ ਆ। ਲੈ ਬੀਬੀ ਚਾਕਲੇਟ ਖਾ ਲਾ, ਫਰ ਬੀਬੀ ਨੂੰ ਦੋ ਚਮਚੇ ਦੇ ਤੇ ਆਏ ਦਵਾਈ ਦੇ, ਤੇ ਆਪਾਂ ਰੱਖਦਾ। ਬੀਬੀ ਲਿਆਵਾਂ ਰੋਟੀ, ਰੋਟੀ ਅੱਛਾ ਚੌਲ ਖਾਣੇ ਆ, ਵੀ ਠੀਕ ਨਹੀਂ ਆ, ਪ੍ਰੋਪਰ ਦੱਸ ਦੇਣੀ ਆ, ਤੇ ਇਸ ਕਰਕੇ ਆਪਾਂ ਨੂੰ ਵਧੀਆ ਚੀਜ਼ ਬਣਾ ਕੇ ਦਿੰਦੇ ਆ। ਪਪੀਤਾ ਵਾ, ਚਲੋ ਉਹਨੂੰ ਖਾ ਲਾ, ਜੇ ਵੱਧ ਵੀ ਗਏ ਬਾਕੀ ਰੱਖਦਾ, ਇੰਨੇ ਤਾਂ ਹੈ ਹੀ ਨਹੀਂ। ਹੁਣ ਸਿੱਧਾ ਗਾ ਅਸੀਂ ਘਰੇ ਤੁਹਾਨੂੰ ਮਿਲੇ ਆ, ਕਿਉਂਕਿ ਸਾਡਾ ਕੈਮਰਾ ਮੋਬਾਈਲ ਸਭ ਕੁਛ ਡਾਊਨ ਹੋ ਗਿਆ ਸੀ, ਤੁਹਾਨੂੰ ਏਅਰਪੋਰਟ ਤੋਂ ਬਾਅਦ 'ਚ ਮੈਂ ਵੀਡੀਓ ਕਵਰ ਹੀ ਨਹੀਂ ਕੀਤੀ, ਸਾਡਾ ਸਭ ਕੁਛ ਡਾਊਨ ਹੋ ਗਿਆ ਸੀ। ਸਤਿ ਸ੍ਰੀ ਅਕਾਲ, ਹੋਰ ਫਿਰ ਸਿਰ ਨਹਾਤੀ ਬੀਬੀ ਹੈ ਨਾ, ਠੰਡ ਹੀ ਬੜੀ ਬੀਬੀ ਹੋ ਗਈ। ਗਾਇਸ ਆ ਗਿਆ ਸਾਡਾ ਸਮਾਨ, ਲੈ ਗਿਆ ਜਾ ਗਿਆ, ਇਹ ਰਹਿ ਗਿਆ ਸੀਗਾ ਉੱਥੇ ਦੁਬਈ 'ਚ। ਪੀਣੀ ਆ, ਆਹੋ ਮੈਂ ਪੀਣੀ ਆ।
ਉਹ ਬਿਸਤਰੇ ਨੇ ਉਲਟੀਆਂ ਲੈ ਆਪ ਕਰਕੇ ਆਪ ਹੀ ਪੋਚਾ ਲਾਈ ਆਉਂਦਾ ਬੀਬੀ ਦੱਸ ਕੋਈ ਹਾਲ ਇਹਦਾ ਬਾਹਰ ਜਾ ਕੇ ਸ਼ੌਕ ਨਾਲ ਲਿਆਂਦੇ ਆ ਬੀਬੀ ਸ਼ੌਕ ਨਾਲ ਲਿਆਂਦੇ ਕਹਿੰਦਾ ਉਲਟੀ ਵਾਲਾ ਇਹਨਾਂ ਦੇ ਉੱਪਰ ਇਹ ਬੀਬੀ ਪਿਛਲੀ ਵਾਰੀ ਵੀ ਜਦੋਂ ਆਏ ਸੀ ਨਾ ਉਦੋਂ ਵੀ ਇਹਨੇ ਏਦਾਂ ਕੀਤਾ ਕਿੱਦਾਂ ਸੀ ਰਾਤ ਡਿੱਗੀ ਕਿਵੇਂ ਸੀ ਮਹਾਰਾਜ ਨੂੰ ਪਤਾ ਤੇ ਜਦੋਂ ਡਿੱਗੇ ਸੀ ਨਾਲ ਕੌਣ ਸੀ ਤੇਰੇ ਦੋਨੋਂ ਹੀ ਡਿੱਗ ਪਿਆ ਮੰਮੀ ਨੇ ਕਹਾ ਸੀ ਬੀਬੀ ਨੂੰ ਨਾ ਬਾਥਰੂਮ ਆਉਂਦਾ ਸੀ ਬਾਥਰੂਮ ਲੈ ਕੇ ਜਾ ਰਹੇ ਸੀ ਨਾ ਮੰਮੀ ਤੇ ਉਹ ਪੌੜੀਆਂ ਤੇ ਦੋਨੇ ਡਿੱਗ ਪਏ ਜਾ ਕੇ ਚਲੋ ਨਹੀਂ ਹੋ ਸਕਦੀ ਸੀ ਇੱਥੇ ਕਰਤੀ ਮੈਂ ਪੱਟੀ ਜਿੱਥੇ ਜਿਆਦਾ ਸੀਗਾ ਕਿਵੇਂ ਆ ਤੇ ਫਿਰ ਸਿਰ ਕਿਉਂ ਥੱਲੇ ਸਿੱਟਿਆ ਚਲੋ ਇਹ ਬੀਬੀ ਨੇ ਇੱਦਾਂ ਹੀ ਕਹਿਣਾ ਹੁੰਦਾ ਮੈਂ ਠੀਕ ਆ ਮੈਨੂੰ ਨਾਲ ਜਾਓ ਪਰ ਜ਼ਰੂਰੀ ਆ ਕਹਿੰਦੀ ਲਖਪ੍ਰੀਤ ਨੇ ਕਾਰ ਕੱਢ ਲਈ ਆ ਬਾਹਰ ਗੈਸ ਬੀਬੀ ਨੂੰ ਬੁਖਾਰ ਵੀ ਆਇਆ ਵਾ ਤੇ ਬਾਕੀ ਬਲੱਡ ਵੀ ਵਧਿਆ ਹੋਇਆ ਵਾ ਤੇ ਹੁਣ ਆਪਾਂ ਦਵਾਈ ਲੈ ਲਈ ਲਖਪ੍ਰੀਤ ਲੈਣ ਗਿਆ ਹੋਇਆ ਡਾਕਟਰ ਨੂੰ ਚੈੱਕਅਪ ਕਰਾ ਲਿਆ ਤੇ ਹੁਣ ਜਾ ਕੇ ਘਰੇ ਦਵਾਈ ਦੇਵਾਂਗੇ ਹੁਣ ਪੀਨੇ ਆ ਬੀਬੀ ਨੂੰ ਪਿਆਉਂਦੇ ਆ ਜੂਸ ਵੀ ਪੀਣਾ ਜੂਸ ਮਸੰਮੀ ਦਾ ਜੂਸ ਪੀਣਾ ਹਾਂ ਪੀਨੇ ਪੀਨੇ ਐ ਕਰ ਧਿਆਨ ਨਾਲ ਚੱਕ ਕੇ ਲੈ ਜਾ ਹਾਂ ਚੱਲ ਬਾ ਦੇ ਮੰਜੇ ਤੇ ਹੌਲੀ ਹੌਲੀ ਫਰਕ ਪੈ ਜਾਣਾ ਬੁਖਾਰ ਨਾਲ ਇਦਾਂ ਹੀ ਆ ਫਿਰ ਸਾਰਿਆਂ ਨੂੰ ਸਭ ਤੋਂ ਪਹਿਲੇ ਗੁੱਡ ਮਾਰਨਿੰਗ ਤੇ ਵੈਲਕਮ ਬੈਕ ਟੂ ਨਿਊ ਵਲੌਗ ਗਾਇਸ ਤੇ ਅਸੀਂ ਪਹੁੰਚ ਗਏ ਹੁਣ ਬੀਬੀ ਲਈ ਵੀਲ ਚੇਅਰ ਲੈ ਇਹ ਸਭ ਤੋਂ ਵਧੀਆ ਇਹ ਆ ਇਹ ਸਾਨੂੰ ਮੁਸ਼ਕਲ ਨਾਲ ਹੀ ਲੱਭੀ ਆ ਵੀਲ ਚੇਅਰ ਤੇ ਹੁਣ ਆਪਾਂ ਇਹਨੂੰ ਲੈ ਚੱਲਦੇ ਆ ਤੇ ਬੀਬੀ ਉਹਨਾਂ ਨੂੰ ਵੇਖਿਓ ਪਸੰਦ ਆਉਂਦੀ ਰਿਐਕਸ਼ਨ ਵੇਖਾਂਗੇ ਮੰਮੀ ਉਹਨਾਂ ਦੇ ਬੀਬੀ ਨੂੰ ਭਾਵਾਂਗੇ ਵੀ ਇਹਦੇ ਤੇ ਮੈਂ ਵੀ ਤੇਰੇ ਲਈ ਗਿਫਟ ਲਿਆਂਦਾ ਉਹ ਮਹਿੰਗੀ ਲਿਆਂਦੀ ਤੇਰੇ ਲਈ ਸੌਖਾ ਨਾ ਹਨਾ ਉਹ ਤਾਂ ਚੱਕ ਕੇ ਤੁਰਨਾ ਔਖਾ ਸੀ ਨਾ ਥੋੜਾ ਜਿਹਾ
ਅੱਛਾ ਪੈਰ ਰੱਖਣ ਨੂੰ ਵੀ ਜਗ੍ਹਾ ਹੈਗੀ ਦੇਖ ਲਓ ਹਨਾ ਬੀਬੀ ਨੂੰ ਨਾ ਆਹ ਵਧੀਆ ਚੀਜ਼ ਆ ਵੀ ਆਹ ਪੈਰ ਵੀ ਰੱਖ ਸਕਦੀ ਇੱਥੋਂ ਥੱਲੇ ਆਪਾਂ ਨਾਟਕ ਆ ਸਕਦੇ ਮੈਨੂੰ ਲੱਗਦਾ ਹੋਰ ਹਨਾ ਲੱਗਾ ਸਬਸਕ੍ਰਾਈਬ ਕਰੋ ਤੂੰ ਕਹ ਚੈਨਲ ਨੂੰ ਵੱਡਾ ਕਰ ਦੋ ਅਮਰੀਕਾ ਤੁਹਾਨੂੰ ਦੱਸਿਆ ਹੀ ਨੀ ਦੇਖ ਲੋ ਸਾਰੇ ਜਾਣੇ ਤਿਆਰ ਹੋ ਗਏ ਰੱਜੀ ਵੀ ਹੋ ਗਈ ਤਿਆਰ ਨਹੀਂ ਕੁਛ ਨੀ ਹੁੰਦਾ 8 ਸਾਲ ਇੱਥੇ ਹੀ ਆ ਕਿਤੇ 2 ਸਾਲ ਲਾ ਕੇ ਆ ਜਾਵਾਂਗੇ ਕੋਈ ਨੀ ਚੰਗਾ ਬੀਬੀ ਕਵਲਿਓ ਰਹਿਣ ਦੋ ਨਾ ਜਾਓ ਚੰਗਾ ਬੀਬੀ ਚੱਲ ਅਸੀਂ ਚੱਲੇ ਆ ਬਾਏ ਚੱਲ ਆਪਣੀ ਤੇ ਮਿਲਦਾ ਹਾਂ ਮੇਲਾ ਲਾਪੇ ਤੇ ਚੱਲੀ ਗਏ ਚੱਲ ਵੀ ਵੀਡੀਓ ਕਾਲ ਤੇ ਗੱਲਾਂ ਕਰਿਆ ਕਰਾਂਗੇ ਜਿਵੇਂ ਰਮਣ ਕਰਦੀ ਹੁੰਦੀ ਆ ਚੰਗਾ ਇੱਥੇ 2 ਸਾਲਾਂ ਦਾ ਨਹੀਂ ਪਤਾ ਜਦੋਂ ਮਾੜਾ ਮੋੜ ਠੀਕ ਨਾ ਵੀ ਗੁਰਮੀਤ ਡਾਕਟਰ ਨੂੰ ਉਹਦੇ ਫੋਨ ਕਰਨਾ ਅੱਛਾ ਹਾਂ ਚਲੋ ਫਿਰ ਠੀਕ ਆ ਲਾਪੇ ਮਿਲਦਾ ਡੈਡੀ ਨੂੰ ਫੋਨ ਲਾ ਜਾਣਾ ਹੈ ਹੈ ਧਿਆਨ ਰੱਖੀ ਨਾ ਤੂੰ ਮੰਮੀ ਚੰਗਾ ਬੀਬੀ ਫਿਰ ਹੈ ਬੀਬੀ ਤਰੋ ਗਈ ਹੋ ਗਈ ਆ ਚਲ ਤੂੰ ਹੀ ਮਿਲ ਲਾ ਇੱਥੇ ਸਭ ਕੁਛ ਹੈਗਾ ਵਾ ਇਹ ਪ੍ਰੈਂਕ ਆ ਗਾਇਸ ਬੀਬੀ ਨਾਲ ਬੀਬੀ ਕਦੇ ਵੀ ਨਹੀਂ ਚੱਲੇ ਬੀਬੀ ਕਹਿੰਦੀ ਮੇਰਾ ਸੋਹਣਾ ਜਾ ਉਹ ਅਸੀਂ ਨੀ ਜਾਂਦੇ ਅਸੀਂ ਇੱਥੇ ਰਹਿਣਾ ਵਾ ਅਸੀਂ ਮਜ਼ਾਕ ਕੀਤਾ ਵਾ ਆਪਣੇ ਨਾਲ ਤਰੋਣ ਘਰ ਅੱਜ ਹਨਾ ਬੀਬੀ ਸਹੀ ਗੱਲ ਹਨਾ ਕਹਿੰਦੀ ਹੁਣ ਖੁਸ਼ ਆ ਅਸੀਂ ਨਹੀਂ ਜਾਣਾ ਕਾਰ ਦਿਖਾ ਲਿਆ ਪਿਆਰ ਦੇਣ ਧਿਆਨ ਨਾ ਇੰਨੀ ਬੀਬੀ ਖੁਸ਼ ਹੋਣੀ ਕਹਿੰਦੀ ਹੁਣ ਕਿੱਥੇ ਚੱਲੇ ਸੀ ਬਾਹਰ ਦਾ ਕਹਿ ਕੇ ਗਏ ਕਿੱਥੇ ਮੈਨੂੰ ਲਈ ਜਾਂਦੇ ਕਮਾਉਣ ਨੂੰ ਨੇਕੀ ਵੈਸੇ ਕਿੰਨੀ ਖੁਸ਼ੀ ਆ ਹੁੰਦੀ ਹੁਣੀ ਲੋ ਗਾਇਸ ਗੋਰੇ ਘਰੇ ਪਹੁੰਚ ਗਏ ਆਪਾਂ ਫੜ ਤੂੰ ਮੈਨੂੰ ਕਹਿੰਦੀ ਮੈਨੂੰ ਪਿਆਰ ਦੋ ਮੈਂ ਦੇ ਕੇ ਆਉਣਾ ਵਾ ਦਾਦੀ ਕੇ ਪੜਦਾਦੀ ਮੈਨੂੰ ਲੱਗਦਾ ਸੜਦਾਦੀ ਹੋਣੀ ਆ ਕਿ ਨਹੀਂ ਬੀਬੀ ਵੀ ਘੁੰਮ ਆਈ ਹਨਾ ਵਧੀਆ ਲੱਗਾ ਬੀਬੀ ਡਾਕਟਰ ਬੀਬੀ ਨੂੰ ਹੀਟਰ ਲਾ ਕੇ ਦਿੱਤਾ ਹੋਇਆ ਇੱਥੇ ਠੰਡ ਬਹੁਤ ਹਨਾ ਬੀਬੀ ਜ਼ਿਆਦੀ ਆ
ਤੇ ਇੱਥੇ ਬੀਬੀ ਖਾਂਦੀ ਪਈ ਮਸ਼ਰੂਮ ਦੀ ਸਬਜ਼ੀ ਨਾਲ ਰੋਟੀ ਤੇ ਬਾਕੀ ਨਾ ਬੀਬੀ ਕਹਿ ਮਿਲਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਤੇ ਬੀਬੀ ਆਪਾਂ ਨੂੰ ਯੂਟਿਊਬ ਵੱਲੋਂ ਮਿਲਿਆ ਆਪਣਾ ਨਾ ਜਿਵੇਂ ਲੈ ਬੀਬੀ ਆਪਦੀ ਫੋਟੋ ਵੇਖ ਇਹਦੇ ਹੈਂ ਦੇਖ ਜੀ ਬੀਬੀ ਫੋਟੋ ਦੇਖ ਬੀਬੀ ਹੈਂ ਕਿਵੇਂ ਦਾ ਲੱਗਦਾ ਪਿਆ ਹੈਂ ਬਸ ਧੁੱਪੇ ਦੇਖੋ ਕਿਵੇਂ ਲਿਸ਼ਕਦਾ ਹੋਣਾ ਨਾਲੇ ਐਂਡ ਤੇ ਧੁੱਪੇ ਵੀ ਵੇਖ ਲਓ ਯਾਰ ਐਵੇਂ ਜਿਸ ਕਾਰਨ ਇੰਨੀ ਮਿਹਨਤ ਨਾ ਪਾਇਆ ਵਾ ਬੀਬੀ ਨੂੰ ਝਾੜੂ ਫੜਾਈ ਜਾਂਦਾ ਦੇਖੋ ਆ ਲਿਆ ਬੀਬੀ ਨੇ ਸਵਾਰਤਾ ਥਾਂ ਬੀਬੀ ਉਹ ਇੱਧਰ ਆ ਉਹ ਆ ਜਾ ਆ ਬੀਬੀ ਬੁਲਾਉਂਦੀ ਲੈ ਗਲਾਸ ਚੱਕ ਲਿਆ ਮੈਂ ਕਿਉਂ ਉਹਨੇ ਗਲਾਸ ਮੈਨੂੰ ਲੈ ਗਲਾਸ ਚ ਇਕੱਠਾ ਕਰਕੇ ਪਾਉਣ ਡਿਆ ਦੇਖੋ ਬਿਸਕੁਟ ਪਕਾਵਾਂ ਰੋਟੀ ਆ ਇਹ ਰੁਕ ਕੇ ਹੁਣੇ ਚਾਹੀਦੀ ਰੋਟੀ ਕਾ ਪਕਾਵਾਂ ਕਰੋ ਕੇ ਰੋਕੇ ਖਾ ਜਾਾਂਗੇ ਬੀਬੀ ਨੂੰ ਆਪਾਂ ਬਾਹਰ ਲੈ ਜਾਈਏ ਹੁਣ ਸੱਚ ਇੱਥੋਂ ਬੈਕਲ ਜਾਣਾ ਪੈਣਾ ਚਲੋ ਬਈ ਬੀਬੀ ਨੂੰ ਮੈਂ ਹੁਣੇ ਲੈ ਆਂਦਾ ਬਾਹਰ ਰੇੜੇ ਤੇ ਹੁਣ ਆਪਾਂ ਥੋੜੇ ਹੁਣ ਪਕਾਈਏ ਬੀਬੀ ਰੋਟੀਆਂ ਉਹ ਉੱਥੇ ਐਂ ਕਰਦਾ ਵਾ ਇੱਥੇ ਬਾਹਰ ਹੀ ਲੈ ਆਉਣੇ ਆ ਇੱਥੇ ਹੀ ਲਾ ਲਗੇ ਅਸੀਂ ਇਕੱਲੇ ਘਰੇ ਨਾ ਬੀਬੀ ਤੂੰ ਮੈਂ ਐਂ ਸ਼ਾਂਤੀ ਆ ਸਾਰੇ ਜਾਣੇ ਦਵਾਈ ਲੈਣਗੇ ਗਲਾਸ ਤੇਰਾ ਤੇ ਇੱਕ ਮੇਰਾ ਫੜ ਲਾ ਧਿਆਨ ਨਾ ਚਾਹ ਪੀ ਲਾ ਬਈ ਬੀਬੀ ਨੂੰ ਚਾਹ ਦੇ ਤੀ ਆ ਤਾਂ ਮੈਂ ਵੀ ਲੈ ਲਈ ਗੋੜ ਵਾਲੀ ਚਾਹ ਬਣਾਈ ਮੈਂ ਅੱਜ ਆਹ ਜਿਹੜਾ ਵਲੌਗ ਮੈਨੂੰ ਐਡਿਟ ਕਰਦੇ ਨੂੰ ਨਾ ਹੁਣ ਮੈਂ ਪੂਰਾ ਦਾ ਪੂਰਾ ਵਲੌਗ ਮਤਲਬ ਐਡਿਟ ਕੀਤਾ ਬਹੁਤ ਟਾਈਮ ਲੱਗਾ ਅਤੇ ਪੁਰਾਣੀਆਂ ਵੀਡੀਓ ਵੇਖ ਕੇ ਨਾ ਮਤਲਬ ਐਂ ਲੱਗਦਾ ਸੀ ਜਿਵੇਂ ਬੀਬੀ ਬੀਬੀ ਜੀਂਦੀ ਹੁੰਦੀ ਆ ਐਂ ਲੱਗਦਾ ਸੀਗਾ ਵੀਡੀਓ ਐਡਿਟ ਕਰਦੇ ਕਰਦੇ ਅਤੇ ਚਲੋ